मैं एक्टिवा साइड करता पाया, कहिंदा भैन दी गल कट के बोलिया, उस तो बाद मैं तैनूं जान तो मार देना कोई धमकी दे के। अच्छा जी, तुहाडा जानकार सी बंदा कौन सी? हां जी नहीं, बस इत्थे गली 'च रहिंदा, मेरी जानकारी उहदे नाल कोई पर्सनल नहीं। मतलब ही बंदा? हां जी भाई। गाल कटन दा रीजन कोई की तुहाडे पुराने रंजे सी की कोई उहनां नाल? मेरी भाजी इक ना जिद्दां अग्गे आ के गाला कटदा पिया सी, वाइफ तों गाला कट के गया। आंदे ही उसे टाइम ना उन्होंने किनम लैंदे मीडिया वाले इत्थे कवर करदे पे सी, उस टाइम उह साडी बाइक उहदा फूड दा कवर करन आए सी। उन्होंने वो गल कवर करके नैट पे पाती, कहते मैं तेरे तो बदला लेना उस चीज़ का जी तू वीडियो वायरल कराई। मैं मीडिया कहोगे कि अपना पहले आंदा कहना बंद कर मीडिया मुड़िया, मीडिया ने कैमरा सीधा कर ले, हूँ सा कसूर है, कहते तेरे तो उस चीज़ का बदला लेना, तू वीडियो वायरल वीडियो 40-50 million क्रॉस कर। ਭਾਈ ਜਿਹੜੀ ਉਸ ਦਿਨ ਵੀਡੀਓ ਵਾਇਰਲ ਹੋਈ ਸੀ ਉਹ ਵੀਡੀਓ ਦਾ ਅਸਲੀ ਸੱਚ ਕੀ ਸੀਗਾ? ਸੱਚ ਕੁਛ ਨਹੀਂ ਸੀਗਾ ਭਾਜੀ, ਉਹਦੀ ਗੱਡੀ ਗਲੀ ਵੀ ਉਸ ਦਿਨ ਖੁੱਲੀ ਸੀਗੀ, ਗੱਡੀ ਪਰੇ ਖੜੀ ਸੀ ਰੋਡ ਤੇ, ਹੁਣ ਆਪਾਂ ਉਹਦਾ ਘਰ ਗਲੀ 'ਚ ਹੈ, ਉਹਦੀ ਇੱਥੇ ਕੋਈ ਦੁਕਾਨ ਨਹੀਂ ਹੈਗੀ, ਉੱਥੇ ਨੁੱਕ ਕਰਕੇ ਨਾ ਗੱਡੀ ਖੜੀ ਕਰਕੇ ਗਿਆ ਉੱਥੇ ਸਕੋਰਪੀਓ, ਅਤੇ ਆਪ ਆਇਆ ਸਵਿਫਟ ਦੇ ਵਿੱਚ। ਉਤਰਦਿਆਂ ਸਰ ਮੀਡੀਆ ਜਿੱਦਾਂ ਕਹਿੰਦਾ ਬੰਦ ਕਰ ਮੀਡੀਆ ਮੁੜਿਆ, ਕਿਨਮ ਲੈਂਦੇ ਮੇਰੀ ਗੱਡੀ ਪਿੱਛੇ ਗੱਡੀ ਵੀ ਕਿਵੇਂ ਖੜੀ ਹੈ, ਹਾਲਾਂਕਿ ਉਹਨੇ ਗੱਡੀ ਕੱਢਣੀ ਨਹੀਂ, ਆਪ ਦੂਜੀ ਗੱਡੀ 'ਚ ਆਇਆ ਜਾਂਦਾ ਜਾਂਦਾ ਅੱਗੇ ਰੁਕ ਕੇ, ਬਸ ਬਿਨਾਂ ਗੱਲ ਤੋਂ ਉਹਨੇ ਮੀਡੀਆ ਵੇਖ ਕੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਹਾਈ ਪਲੈਨ ਉਹਦੇ ਨਾ ਉੱਤੇ। ਪਹਿਲੇ ਵੀ ਇਹ ਵਾਲੀ ਗੱਲ ਹੋਈ ਹੈ, ਉਹਨੇ ਪਹਿਲੇ ਵੀ ਇੱਕ ਉਹਦੇ ਉੱਤੇ ਪਰਚਾ ਚੱਲਦਾ ਵਾ, ਉਹਦੇ ਵਿੱਚ ਨਾ ਉਹਨੇ ਲੇਡੀਜ਼ ਕਾਂਸਟੇਬਲ ਨੂੰ ਥੱਪੜ ਮਾਰਿਆ ਸੀ। ਤੇ ਅੱਜ ਕਿੰਨੇ ਜਣੇ ਆਏ ਸੀ ਕਿ ਇਕੱਲਾ ਆਇਆ ਸੀ? ਹਾਂ ਨਿਊਜ਼ ਦੇ ਵਿੱਚ ਦੇਖੋ ਇਹ ਚੀਜ਼ ਨਹੀਂ, ਨਿਊਜ਼ ਦੇ ਵਿੱਚ ਰਹਿਣ ਦਿਓ, ਦਿਖਾਉਣ ਨੂੰ ਤੁਸੀਂ ਉੱਦਾਂ ਦੱਸ ਦਿਓ ਸਾਰਾ ਕੁਝ। ਜਿਹੜੇ ਸਿੱਖ ਤਾਲਮੇਲ ਕਮੇਟੀ ਦੇ ਜਿਹੜੇ ਬੱਚੇ ਆਏ ਸੀਗੇ ਭਾਜੀ, ਉਹਨਾਂ ਦਾ ਕੀ ਕੀਤਾ? ਇਹਨੇ ਤਿੰਨ ਪਹਿਲੇ ਲੇਡੀ ਪੁਲਿਸ ਤੇ ਵੀ ਹਮਲਾ ਕੀਤਾ ਹੋਇਆ, ਇਹਦੇ ਤਿੰਨ ਆਰੋਪੀ ਪੁਲਿਸ ਪਰ ਹਮਲਾ ਕਰਕੇ ਭਾਗ ਗਏ, ਤਿੰਨ ਫੋਟੋ ਜੀ। ਅੱਛਾ, ਤੇ ਤੁਸੀਂ ਪੁਲਿਸ ਨੂੰ ਇਹ ਵਾਲਾ ਸਾਰੀ ਫੁਟੇਜ ਜੋ ਤੁਹਾਡੇ ਕੋਲ ਹੈਗੀ ਉਹਦੀ ਸਾਰੀ ਦਿੱਤੀ ਫੁਟੇਜ ਸਾਰਾ? ਭਾਜੀ ਪੁਲਿਸ ਤਾਂ ਮੌਕੇ ਤੇ ਨਾਲ ਹੀ ਆ ਗਈ ਸੀ। ਤੇ ਪੁਲਿਸ ਆਈ ਤੁਹਾਨੂੰ ਕੀ ਆਸ਼ਵਾਸਨ ਦਿੱਤਾ ਪੁਲਿਸ ਨੇ? ਹੁਣ ਪੁਲਿਸ ਵਾਲੇ ਤਾਂ ਉਧਰ ਆਪਸ 'ਚ ਹੀ ਗੱਲ ਹੋਈ ਹੈ, ਸਾਡੀ ਅੱਗੇ ਕੋਈ ਗੱਲ ਹੋਈ ਨਹੀਂ ਪੁਲਿਸ ਵਾਲੇ ਨਾਲ। ਤੇ ਤੁਹਾਡੇ ਕੋਈ ਉਹਨਾਂ ਨਾਲ ਨਿਬੜੀ ਨਹੀਂ ਹੁਣ ਕੋਈ ਗੱਲ? ਦੇਖੋ ਹੁਣ ਸਵੇਰੇ ਜਾਵਾਂਗੇ ਕੰਪਲੇਂਟ ਕਰਕੇ ਆਵਾਂਗੇ, ਕਿਉਂਕਿ ਹੁਣ ਕਾਫੀ ਜਾਣੇ ਆਏ ਆ ਸਾਰੇ, ਹੁਣ ਇੱਕ ਵਾਰੀ ਇਹ ਹੈ ਕਿ ਥੋੜ੍ਹਾ ਜਿਹਾ ਕੋਸ਼ਿਸ਼ ਕਰੀ ਕਿ ਪਹਿਲੇ ਕਸਟਮਰ ਨੂੰ ਅਟੈਂਡ ਕਰ ਲਈਏ, ਕਿਉਂਕਿ ਪਤਾ ਕੀ ਇਹਦੇ ਅਸੀਂ ਹੁਣੇ ਬੰਦ ਕਰਕੇ ਜਾਂਦੇ ਹਾਂ, ਅੱਗੇ ਵੀ ਇੱਕ ਦਿਨ ਬੰਦ ਕਰਕੇ ਸੀਗੇ। ਅਤੇ ਪੁਲਿਸ ਦਾ ਵੀ ਕਹਿਣਾ ਹੈ ਕਿ ਤੁਹਾਡੇ ਵੱਲੋਂ ਕੋਈ ਦਰਖਾਸਤ ਮਸਲ ਕੀਤੀ ਗਈ ਹੈ ਜਿਹੜੀ ਧਮਕੀ ਆਉਂਦੀ? ਭਾਜੀ ਦਰਖਾਸਤ ਅੱਗੇ ਅਸੀਂ ਪਹਿਲੇ ਤਾਂ ਨਹੀਂ ਕੀਤੀ ਸੀਗੀ, ਸਾਨੂੰ ਇਹ ਸੀਗਾ ਕਿ ਆਪਸ ਆਪਾਂ ਨਾ ਕਿਸੇ ਦੇ ਨਾਲ ਉਹ ਦੁਸ਼ਮਣੀ ਲੈਣ ਨੂੰ ਲੈਣ ਦਾ ਕੰਮ ਨਹੀਂ। ਕਿੰਨੀ ਵਾਰੀ ਉਹਨਾਂ ਨੂੰ ਕੰਪਲੇਂਟ ਕੀਤੀ ਹੈ? ਕਿਹਨਾਂ ਨੂੰ ਮੈਡਮ, ਕਿਹਨਾਂ ਨੂੰ ਕੰਪਲੇਂਟ ਦਿੱਤੀ ਤੁਸੀਂ? ਜਿਨ੍ਹਾਂ ਨੇ ਇਹਨਾਂ ਨੂੰ ਕਿਰਾਏ ਤੇ ਦਿੱਤਾ ਉਹਨਾਂ ਨੂੰ ਵੀ ਕਿਹਾ ਗਿਆ, ਔਰ ਇਹਨੂੰ ਵੀ ਕਿਹਾ, ਇਹ ਰੋਜ਼ ਇਹੀ ਕਹਿ ਦੇਗਾ ਜਿਹੜੇ ਬਸ ਆਪਾਂ ਦੇ ਮਾਲਕ ਆ ਮੈਡਮ, ਕੋਣ ਆ ਇੱਥੇ ਮੰਨੇ ਵੀ ਰਹਿਣ ਵਾਲਾ ਕਿੱਥੇ ਚਲੇ? ਉਹ ਉਧਮ ਸਿੰਘ ਨਗਰ ਹੈ। ਉਧਮ ਸਿੰਘ ਨਗਰ ਦੇ? ਹਾਂਜੀ। ਉਹਨਾਂ ਨੂੰ ਕਿਹਾ ਗਿਆ ਤੁਸੀਂ ਆਪਣੇ ਵੱਲੋਂ? ਤਾਂ ਮਾਰਕੀਟ ਵਾਲੇ ਨੇ ਕਿਹਾ ਆ। ਹਾਂਜੀ, ਜਿਹੜੇ ਸ਼ੋਪ ਦੇ ਓਨਰ ਆ ਉਹ ਕੀ ਕਹਿ ਰਹੇ ਤੁਹਾਨੂੰ? ਉਹ ਜੈਂਟਸ ਨੇ ਗੱਲ ਕੀਤੀ ਹੈ ਕਿ ਕਹਿੰਦੇ ਇੱਥੇ ਰਸ਼ ਬਹੁਤ ਹੁੰਦਾ ਹੈ ਜੀ, ਤਾਂ ਹੁਣ ਇਹ ਰੈਕਸ਼ਨ ਲੈ ਕੇ ਕੰਮ ਨੇ ਆਪਣਾ ਵੀ ਨਿਕਲਣਾ ਔਖਾ, ਔਰ ਇਹਨੇ ਜਿੰਨਾ ਟਾਈਮ ਦੇਖਣ ਇੰਨਾ ਸਪੇਸ ਕਵਰ ਹੁੰਦਾ, ਗੱਡੀਆਂ ਖੁੱਲੀਆਂ ਖੜੀਆਂ ਇਹਨਾਂ ਦੀਆਂ, ਇੰਨਾ ਸਪੇਸ ਕਵਰ, ਔਰ ਉਧਰੋਂ ਹੀ ਸੜਕ ਸਾਰੀ ਕਵਰ ਹੋ ਜਾਂਦੀ, ਕਿੱਦਾਂ ਅਸੀਂ ਆਪਣੀ ਐਕਟਿਵਾ ਜਾਂ ਕੋਈ ਚੀਜ਼ ਕਨਵੇਂਸ ਕਰ ਠੀਕ? ਜਦੋਂ ਅਸੀਂ ਕਹੀਏ ਨਾ ਉਹਨਾਂ ਨੂੰ, ਮਾਰੇਗਾ ਜੇ ਜਾਮ ਨਿਕਲੇਗਾ ਨੀ, ਕਹਿੰਦੇ ਹੋਰਨ ਯਾਦ ਰੱਖਿਆ ਕਿਉਂਕਿ ਉਹਨੂੰ ਜਲਦੀ ਸੀ, ਉਹ ਬਸ ਬੋਲਣ ਲੱਗ ਪਿਆ, ਉਹ ਕਹਿੰਦਾ ਤੂੰ ਤੈਨੂੰ ਕਹਿੰਦਾ ਨੀ ਕਿ ਗਲੀ ਦੇ ਰਸਤਾ ਨਾਲ ਆਇਆ ਕਰ, ਉਹ ਗੱਲ ਸ਼ੁਰੂ ਹੋ ਗਈ ਰਸਤਾ ਪੂਰਾ ਕਵਰ ਕੀਤਾ ਸਰ ਉਹਨਾਂ ਵੱਲੋਂ, ਟ੍ਰੈਫਿਕ ਬਹੁਤ ਲੱਗਦਾ ਕਿ ਜਾਮ ਲੱਗ ਜਾਂਦਾ, ਉਹਨਾਂ ਵੱਲੋਂ ਕਿ ਮਹੱਲੇ ਵਾਲੇ ਕਹਿ ਰਹੇ ਸਾਡਾ ਘਰ ਦਾ ਲੰਘ ਹੈਗਾ ਲੰਘਿਆ ਨਹੀਂ ਜਾਂਦਾ, ਹੁਣ ਦੂਜੇ ਪਾਸੇ ਦੁਬਾਰਾ ਆਏ ਆ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਮੈਨੂੰ ਕੋਈ ਬੰਦਾ ਜਾਨੋਂ ਮਾਰਨ ਦੀ ਧਮਕੀ ਦੇ ਗਿਆ, ਕੋਈ ਵਿਅਕਤੀ ਪਿੱਛੇ ਹੀ ਰਹਿੰਦਾ ਕਹਿੰਦੇ ਕਿ ਆ ਕੇ ਸਾਨੂੰ ਧਮਕੀ ਦੇ ਗਿਆ, ਕੋਈ ਤੁਹਾਨੂੰ ਲਿਖਤ 'ਚ ਕੰਪਲੇਂਟ ਮਿਲੀ ਹੋਣੀ? ਕੰਪਲੇਂਟ ਕਿਹਨੇ ਦਿੱਤੀ? ਨਹੀਂ ਇਹ ਜਿਹੜੇ ਸ਼ੋਪ ਵਾਲੇ ਸਾਡੀ ਕੰਪਲੇਂਟ ਤਾਂ ਨਹੀਂ ਆਈ ਕੋਈ, ਟ੍ਰੈਫਿਕ ਜਿਹੜਾ ਜਾਮ ਜਿਹੜਾ ਖੁਲਵਾ ਦਿੱਤਾ ਗਿਆ, ਔਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਪਿੱਛੋਂ ਆਇਆ, ਗੱਡੀ ਪਹਿਲੇ ਵੀ ਆਇਆ ਸੀ ਇੱਕ ਵਿਅਕਤੀ ਅੱਜ 4-5 ਦਿਨ ਪਹਿਲਾਂ, ਉਹਦੀ ਕੋਈ ਵੀਡੀਓ ਮੀਡੀਆ ਨੇ ਕਵਰ ਕਰਨ ਤੋਂ ਬਾਅਦ ਉਹ ਅੱਜ ਇਹਨਾਂ ਨੂੰ ਧਮਕੀ ਦੇ ਗਿਆ। ਸਾਡੇ ਕੋਲ ਕੰਪਲੇਂਟ ਤਾਂ ਮੂਵ ਕਰੋ ਫਿਰ, ਦੱਸੋ ਸਾਨੂੰ ਕੌਣ ਹੈ, ਫਿਰ ਐਕਸ਼ਨ ਲੈਂਦੇ ਹਾਂ ਅਸੀਂ ਜੀ। ਤੇ ਤੁਹਾਨੂੰ ਸਵੇਰ ਦੀ ਕੋਈ ਕੰਪਲੇਂਟ ਨਹੀਂ ਆਈ? ਤੁਸੀਂ ਉਹਨਾਂ ਕੋਲ ਪੁੱਛੋ ਨਾ ਜਿਹਨਾਂ ਨੇ ਕੰਪਲੇਂਟ ਕਰ ਰਹੇ ਆ, ਵੀ ਕੰਪਲੇਂਟ ਦਿੱਤੀ ਪੁਲਿਸ ਸਟੇਸ਼ਨ ਦੇ ਵਿੱਚ।
देश दुनिया की हर वड्डी खबर नाल जुड़े रहने लई साडे यूट्यूब चैनल नू सब्सक्राइब करो, नाल दी नाल हर नवी वीडियो दी नोटिफिकेशन लई बैल आइकन जरूर दबाओ। जेकर तुसी ये वीडियो फेसबुक ते देख रहे हो तो इसनू लाइक जरूर करो और ज्यादा तो ज्यादा शेयर भी करो। धन्यवाद।